ਉਮਰ ਕੈਦ ਸਜ਼ਾ ਸੁਣਾਈ ਗਈ ਹੈ। ਸਭ ਤੋਂ ਪਹਿਲਾਂ ਉਹਨਾਂ ਦੇ ਭਰਾ ਨਾਲ ਗੱਲਬਾਤ ਕਰਦੇ ਹਾਂ। ਬੋਬੀ ਜੀ, ਬਹੁਤ ਲੰਬੀ ਲੜਾਈ ਲੜੀ ਤੁਸੀਂ। ਹਾਂਜੀ, ਬਹੁਤ ਲੰਬੀ। ਕਿਸ ਤਰ੍ਹਾਂ? 30 ਸਾਲ, ਬਹੁਤ ਲੰਬਾ ਸਮਾਂ। ਹਾਂਜੀ, ਕਿਸ ਤਰ੍ਹਾਂ ਵੇ? ਬਸ ਇਸ ਤਰ੍ਹਾਂ, ਪਹਿਲਾਂ ਭਾਪਾ ਜੀ ਕੇਸ ਲੜਦੇ ਰਹੇ, ਫਿਰ ਉੱਥੋਂ ਮੇਰੇ ਤੋਂ ਛੋਟਾ, ਉਸ ਤੋਂ ਬਾਅਦ ਮੈਂ। 4 ਪੀੜ੍ਹੀਆਂ ਰਹੀ। 4 ਪੀੜ੍ਹੀਆਂ? ਹਾਂਜੀ। ਸ਼ੁਰੂਆਤ ਬਹੁਤ ਔਖੀ, ਸਟਰਗਲ ਬਹੁਤ। ਹਾਂਜੀ ਜੀ। ਅਤੇ ਅੱਜ ਜਾ ਕੇ ਕਿੰਨਾ ਤੁਸੀਂ ਸੈਟਿਸਫਾਈ ਹੋ ਤੁਹਾਡੇ ਭਰਾ ਨੂੰ? ਮਤਲਬ ਕਿ ਇੰਨੀ ਮਤਲਬ ਖੁਸ਼ੀ ਹੋਈ, ਇੰਨੀ ਕੁ ਉਹਨਾਂ ਨੂੰ ਸਜ਼ਾ ਮਤਲਬ ਕਿ ਥੋੜ੍ਹੀ ਸੁਣਾਈ ਗਈ। ਤੇ ਇਹ ਥੋੜਾ ਜਿਹਾ ਜਾਣਨਾ ਚਾਹੁੰਦੇ, ਹੋਇਆ ਕੀ ਸੀ 1993 ਚ? ਹਾਲਾਂਕਿ ਤੁਸੀਂ ਤਾਂ ਕਾਫੀ ਉਸ ਟਾਈਮ ਛੋਟੇ ਹੋਣੇ, ਲੇਕਿਨ ਹੋਇਆ ਕੀ ਸੀ? ਐਕਚੁਅਲ ਚੀਜ਼ਾਂ ਕਿਸ ਤਰ੍ਹਾਂ ਦੀ ਨਿਕਲ ਕੇ ਸਾਹਮਣੇ? ਪਤਾ ਨਹੀਂ, ਮਤਲਬ ਕਿ ਜਿਹੜੇ ਗੁਲਸ਼ਨ ਕੁਮਾਰ ਸੀ ਤੇ ਮੈਂ ਹੀ, ਪਾਪਾ ਜੀ ਛੋਟਾ ਹੀ, ਸਾਰੇ ਘਰ ਸੁੱਤੇ ਆ, ਪੌਣੇ 10-10 ਦਾ ਟਾਈਮ ਹੀ। ਇਹ ਉਹ ਸਭੀ ਸਾਡੀ ਗਲੀ ਥੋੜੀ ਕਿਸੇ ਨਾਲ ਰਸਤੇ ਹੈਗੀ ਮਾੜੀ ਮੋਟੀ, ਉਹ ਵਕੀਲ ਹੀ ਉਹਨਾਂ ਕੇ, ਜਾਂ ਬਹਿਣ ਖਲੋਣੀ ਹੋਵੇ, ਇਹ ਘਰ ਸੁੱਤੇ ਤੇ ਬਲਦਬਾਸ ਸਿੰਘ DSP ਗੁਰਬਚਨ ਸਿੰਘ ਹੋਰ ਮੁਲਾਜ਼ਮ ਸੀ, ਤੇ ਇਹਨਾਂ ਨੇ ਦਗੜ ਦਗੜ ਕਰਦੀਆਂ ਸਾਡੇ ਕੋਠੇ ਗਲੀਆਂ ਕੰਧਾਂ ਨਿੱਕੇ ਨਿੱਕੇ ਸਾਡੀਆਂ ਬਾਲੇ ਵਾਲੇ ਘਰ ਹੁੰਦੇ, ਇਹਨਾਂ ਦਗੜ ਦਗੜ ਕੀਤੀ, ਉਹਨਾਂ ਨੇ ਮੈਨੂੰ ਫੜਿਆ, ਮੇਰੇ ਭਰਾ ਨੂੰ ਫੜਿਆ, ਮੇਰੇ ਪਿਓ ਨੂੰ, ਸਾਨੂੰ ਕਮਰੇ ਵਿੱਚ ਕੁੱਟਿਆ ਮਾਰਿਆ, ਕੁੱਟਦਿਆਂ ਮਾਰਿਆ ਰੋਲ ਵਾਲਾ ਪੈ ਕੇ ਤਾਂ ਗਲੀਆਂ ਵਾਲੇ ਇਕੱਠੇ ਹੋ ਗਏ, ਉਹ ਗਲੀਆਂ ਨੇ ਬੂਹਾ ਖੋਲ੍ਹਿਆ, ਕੀ ਗੱਲ ਹੋ ਗਈ? ਤੇ ਮੁੜਕੇ ਨਾ ਜੋ ਉਹਨੂੰ ਲੈ ਕੇ ਚੱਲੇ ਗਲੀ ਚੋਂ, ਤੇ ਸਾਡੀ ਗੁੜੀਆ ਛੋਟੀ ਕੁੜੀ ਮਤਲਬ ਕਿ ਉਹਨੂੰ ਵੀ ਲੈ ਚੱਲੇ ਸੀ ਨਾਲ, ਉਹ ਫਿਰ ਗਲੀ 'ਚ ਮਤਲਬ ਕਿ ਸਾਡੇ ਹੈਗਾ ਕਾਂਗਰਸ ਪ੍ਰਧਾਨ, ਉਹ ਸਮਾ ਗਿਆ ਵਾ, ਉਹਨੇ ਕੁੜੀ ਨਹੀਂ ਜਾਣ ਦੇ ਸੀ, ਕਹਿੰਦੇ ਵੀ ਇਹਨਾਂ ਨੂੰ ਲੈ ਜਾਓ, ਸਵੇਰੇ ਵੇਖ ਲਾਂ ਕੀ ਹੋਣਾ, ਅਤੇ ਕੁੜੀ ਸਾਨੂੰ ਛੱਡ ਦਿਓ। ਫਿਰ ਉਹ ਜਦੋਂ ਸਾਨੂੰ ਲੈ ਗਏ ਆ, ਮਤਲਬ ਕਿ ਜਿਸ ਤਰ੍ਹਾਂ ਮਹੀਨਾ ਗਿਆ ਰੱਖ ਕੇ ਮੈਨੂੰ ਛੱਡਤਾ, ਮਹੀਨਾ ਭਾਪੇ ਰੱਖ ਕੇ ਛੱਡਤਾ, ਅਤੇ ਇਸ ਤਰ੍ਹਾਂ ਹਮੇਸ਼ਾ ਮਹੀਨਾ ਕਰਕੇ ਨਾ ਸਾਰਿਆਂ ਨੂੰ ਛੱਡਤਾ, ਅਤੇ ਗੁਲਸ਼ਨ ਕੁਮਾਰ ਨੂੰ ਨਹੀਂ ਛੱਡਿਆ। ਅਤੇ ਦੱਸਿਆ ਨਹੀਂ, ਰੀਜ਼ਨ ਨਹੀਂ ਦੱਸਿਆ ਕਿ ਰੀਜ਼ਨ ਕੀ ਰਿਹਾ, ਜੇ ਕੋਈ ਗੱਲਬਾਤ ਤੁਹਾਡੀ ਕਿਸੇ ਦੇ ਨਾਲ ਸੀਗੀ, ਇਲਜ਼ਾਮ ਕੀ ਲਾਏ ਸੀ ਤੁਹਾਡੇ ਤੋਂ, ਜੇਕਰ ਤੁਹਾਨੂੰ ਜੇ ਕਸਟਡੀ 'ਚ ਵੀ ਰੱਖਿਆ ਗਿਆ, ਇਲੀਗਲ ਰੱਖਿਆ ਗਿਆ, ਕਿਸ ਤਰ੍ਹਾਂ ਰੱਖਿਆ ਗਿਆ, ਇਲਜ਼ਾਮ ਕੀ ਸੀਗੇ ਤੁਹਾਡੇ? ਇਲਜ਼ਾਮ ਕਦੀ ਕਹਿ ਦਿੰਦੇ ਜੀ ਇਹ ਚੋਰੀਆਂ ਕਰਦਾ, ਕਦੀ ਕਹਿੰਦੇ ਜੀ ਨੇ ਵਾਲੀਆਂ ਲਾਈਆਂ, ਕਦੀ ਕਹਿੰਦੇ ਜੀ ਪਿਸਤੌਲ, ਤੇ ਕਦੀ ਕਹਿੰਦੇ ਜੀ ਅੱਤਵਾਦੀ ਆ। ਅੱਛਾ, ਠੀਕ ਹੈ। ਹਾਂਜੀ, ਤੇ ਲਗਾਤਾਰ ਤੁਹਾਨੂੰ ਵੀ ਪਰੇਸ਼ਾਨ ਕੀਤਾ, ਤੰਗ ਪਰੇਸ਼ਾਨ? ਬਹੁਤ, ਮੈਨੂੰ ਵੀ ਕੁੱਟਿਆ, ਭਾਪਾ ਜੀ ਨੂੰ ਕੁੱਟਿਆ, ਫਿਰ ਮੇਰੇ ਨੋਹ ਖਿੱਚੇ ਆ, ਕਿਹੜੀ ਦਾ ਕੇ ਭਾਪਾ ਜੀ ਨੇ ਮਹੀਨਾ ਛੱਡਿਆ, ਮੈਨੂੰ ਕੁੱਟਿਆ ਵਾ, ਸਾਰਿਆਂ ਨੂੰ ਕੁੱਟਿਆ ਵਾ, ਇਹਨੂੰ ਨਹੀਂ ਛੱਡਿਆ, ਇਹਨੂੰ ਕੁੱਟਦੇ ਰਹੇ ਆ, ਤੇ ਸਾਨੂੰ ਇਹ ਆਉਂਦੇ ਸੀ ਵੀ ਤੁਸੀਂ ਸਾਨੂੰ 3 ਲੱਖ ਰੁਪਇਆ ਦੇ ਦਿਓ ਤੇ ਤੁਹਾਡੇ ਮੁੰਡੇ ਨੂੰ ਛੱਡ ਦਿੰਦੇ ਹਾਂ। ਉਸ ਟਾਈਮ ਸਾਡੇ ਕੋਲ 3 ਲੱਖ ਆਉਂਦਾ ਸੀ, ਸਬਜ਼ੀਆਂ ਵੇਚਦੇ ਹਾਂ, ਦਿਹਾੜੀ ਟੱਪਾ ਕਰਦੇ ਹਾਂ, ਤੇ ਫਿਰ ਭਾਪਾ ਜੀ ਦਾ ਮੇਰੇ ਕੋਲ 3 ਲੱਖ ਨਹੀਂ ਹੈਗਾ, ਪਰ ਚਾਹੇ 3 ਜਾਣੇ ਹੋਰ ਸੀ, ਇਹਨਾਂ ਨੇ ਮੁੜ ਕੇ ਕੀ ਤਾਂ ਕੀ ਸਕੀਮ ਲਈ ਜਦ ਮੁਕਾਬਲਾ ਬਣਾਤਾ। ਤੁਹਾਨੂੰ ਕਦ ਪਤਾ ਲੱਗਿਆ ਕਿ ਗੁਲਸ਼ਨ ਕੁਮਾਰ? ਹਾਂ, ਜਿੱਦਣ ਭਾਪਾ ਜੀ ਮਤਲਬ ਕਿ ਰੋਟੀ ਲੈ ਕੇ ਗਏ ਨਾ ਠਾਣੇ, ਉੱਥੇ ਜਿਹੜਾ ਰੋਟੀਆਂ ਲਾਉਂਦਾ ਹੁੰਦਾ ਨਾ, ਉਹ ਮਾੜਾ ਭਾਪਾ ਜੀ ਨੂੰ ਜਾਣਦਾ ਸੀ, ਉਹਨੇ ਫਿਰ ਦੱਸਿਆ ਵੀ ਭਾਪਾ ਜੀ ਗੁਲਸ਼ਨ ਦੀ ਰੋਟੀ ਨਾ ਲੈ ਗਏ, ਉਹ ਅੱਜ ਤੋਂ ਰੋਟੀ ਬੰਦ ਆ। ਉਹ ਆਂਦਾ ਮੈਨੂੰ ਸਮਝ ਨਹੀਂ ਲੱਗੀ, ਉਹ ਆਂਦਾ ਵੀ ਤੇਰੇ ਮੁੰਡੇ ਨੇ ਮਤਲਬ ਕਿ ਨਾ ਰਾਤ ਮਾਰਤਾ ਵਾ। ਉਹ ਫਿਰ ਉਸ ਤੋਂ ਬਾਅਦ ਭਾਪਾ ਜੀ ਨੇ ਕਾਲੀ ਚਲ ਗਏ ਮੜੀਆਂ 'ਚ, ਮੜੀਆਂ ਵਿੱਚੋਂ ਪਤਾ ਕੀਤਾ, ਉੱਥੇ ਕਿਹੜਾ ਬਈਆ ਸੀ ਨਾ, ਉਹ ਮੈਨੂੰ ਗੁਲਸ਼ਨ ਕੁਮਾਰ ਨੂੰ ਜਾਣਦਾ, ਮਤਲਬ ਕਿ ਉਹ ਸਬਜ਼ੀ ਦਿੰਦਾ ਹੁੰਦਾ ਸੀ, ਉਹਨੇ ਫਿਰ ਦੱਸਿਆ ਕਹਿੰਦਾ ਵੀ ਬਜ਼ੁਰਗੋ ਮੈਂ ਗੁਲਸ਼ਨ ਕੁਮਾਰ ਨੂੰ ਜਾਣਦਾ ਵਾਂ, ਉਹਨੂੰ ਇੱਕ ਦੂਜੇ ਉੱਤੇ ਲਾਸ਼ਾਂ ਰੱਖ ਕੇ ਨਾ ਟਾਇਰਾਂ ਟੂਰਾਂ ਪਾ ਕੇ ਲੀੜਾਂ ਲੂੜਾਂ ਕੇ ਪਈਆਂ ਹੁੰਦੀਆਂ ਮੜੀਆਂ, ਉਹ ਪਾ ਕੇ ਸਾਲਿਆ ਵਾ, ਇਹਨੂੰ ਲਾਸ਼ ਵੀ ਨਹੀਂ ਦਿੱਤੀ, ਸਾਨੂੰ ਨਾ ਫੋਲ ਨਾ ਲਾਸ਼ ਕੁਝ ਨਹੀਂ। ਫਿਰ ਉਹ ਕਿੱਥੇ ਗਾਇਬ ਹੀ ਕਰਤੀ? ਗਾਇਬ ਕਰਤੀ, ਗਾਇਬ ਕਰਤੀ, ਜਿੱਦਾਂ ਨਹਿਰਾਂ ਸੁੱਟਦੀ, ਜਿੱਥੇ ਸੁੱਟਦੀ ਕੀ ਪਤਾ ਕਿੱਥੇ। ਫਿਰ ਭਾਪਾ ਜੀ ਸਰਕਾਰੀ ਹਸਪਤਾਲ ਗਏ, ਉੱਥੇ ਕਿਹੜੀ ਮਤਲਬ ਕਿ ਮੁਲਾਜ਼ਾ ਕਰਦੀ, ਉਹ ਜਾਣਦੀ ਮੈਨੂੰ ਗੁਲਸ਼ਨ ਨੂੰ, ਉਹ ਸਬਜ਼ੀ ਲੈਂਦੀ ਸਰਕਾਰੀ ਹਸਪਤਾਲ, ਉਹਨੇ ਫਿਰ ਭਾਪਾ ਜੀ ਨੂੰ ਦੱਸਿਆ ਕਿ ਬਜ਼ੁਰਗੇ ਤਰ੍ਹਾਂ ਮੈਂ ਗੁਲਸ਼ਨ ਕੁਮਾਰ ਨੂੰ ਜਾਣਦੀ ਹਾਂ, ਉਹਦਾ ਮੈਂ ਮੁਲਾਜ਼ਾ ਕੀਤਾ, ਬਾਕੀ ਮੈਂ 3 ਨੂੰ ਜਾਣਦੀ ਕੌਣ ਆ, ਇਹ 4 ਜਾਣੇ ਵੇਖੋ, ਅੱਜ 4 ਮੋਨੇ। ਅੱਛਾ, ਹਾਂਜੀ, ਯਾਨੀ ਉਸ ਟਾਈਮ ਤੁਹਾਨੂੰ ਪਤਾ ਲੱਗਿਆ? ਉਸ ਟਾਈਮ ਪਤਾ ਲੱਗਿਆ। ਹਾਂਜੀ, ਫਿਰ ਤੁਸੀਂ ਅੱਗੇ ਅੱਗੇ ਤੋਂ ਅੱਗੇ ਅੱਗੇ, ਫਿਰ ਸਾਡਾ ਹੁਣ ਭਾਪਾ ਜੀ ਸੀ, ਉਹ ਪੜ੍ਹੇ ਲਿਖੇ ਅਸੀਂ ਥੋੜ੍ਹੇ ਅਨਪੜ੍ਹ ਹਾਂ, ਉਹਨਾਂ ਗਾਂਹ ਦੀ ਗਾਂਹ ਕੇਸ ਚਲਾਉਂਦੇ 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 ਕੁਝ ਫਿਰ ਇਸ ਤਰ੍ਹਾਂ ਹੀ ਕਾਲਾ ਪਾਰਟੀ ਦਾ ਮੈਂ ਵਕੀਲ ਭਾਅ ਜੀ ਤੁਹਾਨੂੰ ਦੱਸਦੇ ਸਾਰੇ, ਉਸ ਤੋਂ ਬਾਅਦ ਕਹਾਣੀ ਗਈ ਹੈ।
ਠੀਕ ਹੈ ਸਰ, ਕਿਉਂਕਿ ਜਿੱਦਾਂ ਭਾਅ ਜੀ ਨੇ ਦੱਸਿਆ ਕਿ ਕਾਫੀ ਲੰਬੀ ਜਿਹੜੀ ਹੈਗੀ ਇਹਨਾਂ ਨੇ ਲੜਾਈ ਲੜੀ ਹੈ, ਫਿਰ ਕਿਸ ਤਰ੍ਹਾਂ ਜਿਹੜੀ ਕਾਨੂੰਨੀ ਤੁਸੀਂ ਲੜਾਈ ਲੜੀ? ਦੇਖੋ 92 ਦੇ ਵਿੱਚ ਤਾਂ ਜਿਹੜੀ 93 ਅਕਰੰਸ ਹੈਗੀ ਆ, ਉਸ ਤੋਂ ਬਾਅਦ ਜਿਹੜਾ ਕੇਸ ਜਿਹੜੇ ਆ ਉਹ CBI ਇਨਵੈਸਟੀਗੇਸ਼ਨ ਵਾਸਤੇ ਜਿਹੜੇ ਗਏ, ਠੀਕ ਹੈ, CBI ਇਨਵੈਸਟੀਗੇਸ਼ਨ ਵਾਸਤੇ ਗਏ ਤਾਂ ਉਸ ਤੋਂ ਬਾਅਦ ਇਹਨਾਂ ਦੀ ਸਟੇਟਮੈਂਟ ਰਿਕਾਰਡ ਹੋਈ ਇਹਨਾਂ ਦੇ ਫਾਦਰ ਦੀ, ਚਮਨ ਲਾਲ ਦੀ। ਚਮਨ ਲਾਲ ਦੀ ਸਟੇਟਮੈਂਟ ਰਿਕਾਰਡ ਹੋਣ ਤੋਂ ਬਾਅਦ ਫਿਰ ਇਹ ਪਹਿਲਾ ਜਿਹੜਾ ਬਿਆਨ ਹੋਏ ਕੋਰਟ ਦੇ ਵਿੱਚ, ਉਹ ਚਾਰਜਸ਼ੀਟ ਹੋਈ ਉਹ 2022 ਦੇ ਵਿੱਚ ਹੋਈ, ਠੀਕ ਹੈ, ਉਸ ਤੋਂ ਬਾਅਦ 2023 ਫਸਟ ਸਟੇਟਮੈਂਟ ਦੇ ਵਿੱਚ ਹੋਈ, ਹਾਂਜੀ। ਔਰ ਉਸ ਤੋਂ ਬਾਅਦ ਜਿਹੜਾ ਫਿਰ ਇਹ ਜਿਵੇਂ ਇਹ ਮਤਲਬ ਡਿਲੇ ਤੇ ਡਿਲੇ ਹੁੰਦਾ ਗਿਆ, ਉਸ ਤੋਂ ਬਾਅਦ ਜਿਹੜੇ ਅਕਿਊਜ਼ ਸੀਗੇ ਇਹਨਾਂ ਨੇ ਜਿਹੜਾ ਹੈਗਾ ਵਾ ਸੁਪਰੀਮ ਕੋਰਟ ਤੋਂ ਸਟੇਅ ਲੈ ਲਿਆ। ਹਾਂ, ਸਟੇਅ ਲੈਣ ਤੋਂ ਬਾਅਦ ਫਿਰ ਜਿਹੜਾ ਡਿਊਰੇਸ਼ਨ ਦਾ ਡੂਰਿੰਗ ਦਾ ਟਾਈਮ ਜਿਹੜਾ ਇਹ ਸਾਰੀਆਂ CBI ਟ੍ਰਾਇਲ ਕੋਰਟ ਦੇ ਵਿੱਚ ਜਿਹੜਾ ਟ੍ਰਾਇਲ ਆ ਉਹ ਬੰਦ ਹੋ ਗਿਆ। ਉਸ ਤੋਂ ਬਾਅਦ ਫਿਰ ਇਹ ਕਾਫੀ ਮੁਸ਼ਕਤ ਤੋਂ ਬਾਅਦ ਫਿਰ ਜਿਹੜਾ ਜੁਰਿਡਿਕਸ਼ਨ ਦਾ ਮੈਟਰ ਸੀਗਾ, ਜੁਰਿਡਿਕਸ਼ਨ ਕੀ ਹੈ, CBI ਜੰਮੂ ਦੀ ਇਨਵੈਸਟੀਗੇਸ਼ਨ ਆ ਉਹ ਉਹਨਾਂ ਪਲੀ ਲਈ ਸੀਗੀ, ਉਸ ਤੋਂ ਬਾਅਦ ਉਹ ਮੈਟਰ ਸੁਪਰੀਮ ਕੋਰਟ ਨੇ ਡਿਸਾਈਡ ਕੀਤਾ, ਉਸ ਤੋਂ ਬਾਅਦ ਫਿਰ ਥੱਲੇ ਟ੍ਰਾਇਲ ਚੱਲਿਆ। ਔਰ ਟ੍ਰਾਇਲ ਚੱਲਣ ਦੇ ਦੌਰਾਨ ਇਹਦੀ ਇੰਨੀ ਤ੍ਰਾਸਦੀ ਸੀ ਕਿ ਇੰਨੇ 31-32 ਸਾਲ ਪੁਰਾਣਾ ਕੇਸ ਸੀਗਾ, ਟੋਟਲ 31 ਵਿਟਨੈਸ ਸੀਗੇ, 31 ਵਿਟਨੈਸ ਦੇ ਵਿੱਚੋਂ ਸਿਰਫ 15-16 ਵਿਟਨੈਸ ਜਿਹੜੇ ਆ ਉਹ ਹੀ ਡਿਪੋਜ਼ ਕਰ ਸਕੇ, ਔਰ ਉਹ ਵੀ ਕਾਫੀ ਐਲਡਰਲੀ ਸੀਗੇ, ਔਰ ਇੰਨਾ ਮਤਲਬ ਇਹਨਾਂ ਦੀ ਮਤਲਬ ਇੰਨਾ ਕਿ ਲੋਕੀ ਇੰਨਾ ਉਹਨਾਂ ਨੇ ਇੰਨਾ ਸਾਥ ਦਿੱਤਾ ਕਿ ਕੋਈ ਵੀ ਵਿਟਨੈਸ ਹੋਸਟਾਈਲ ਨਹੀਂ ਹੋਇਆ, ਕੋਈ ਵੀ ਵਿਟਨੈਸ ਹੋਸਟਾਈਲ ਨਾ ਹੋਣ ਦਾ ਕਰਕੇ, ਔਰ ਜਿਹੜੇ ਸਫੀਸ਼ੀਐਂਟ ਐਵੀਡੈਂਸ ਹੋਣ ਦਾ ਕਰਕੇ ਜਿਹੜਾ ਉਹ ਇਹਨਾਂ ਨੂੰ ਜਿਹੜਾ ਹੈਗਾ ਜਿਹੜਾ ਰਿਟਾਇਰਡ DIG ਦਿਲਬਾਗ ਸਿੰਘ ਉਹਨੂੰ 7 ਸਾਲ ਦੀ ਸਜ਼ਾ ਹੋਈ, 364 ਸੈਕਸ਼ਨ ਅੰਦਰ ਕਨਵਿਕਸ਼ਨ ਹੋ ਕੇ, ਤੇ ਜਿਹੜਾ ਹੈਗਾ ਗੁਰਭਜਨ ਸਿੰਘ, ਹਾਂ ਗੁਰਭਜਨ ਸਿੰਘ ਜਿਹੜੇ ਸੀਗੇ ਰਿਟਾਇਰਡ DSP ਸੀਗੇ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਈ। ਹਾਂ, ਤੇ ਕਈ ਚੀਜ਼ਾਂ ਇਹਦੇ ਵਿੱਚ ਨੇ ਸਰ, ਜਿੱਦਾਂ ਸਰ ਨੇ ਵੀ ਦੱਸਿਆ ਕਿ ਪੂਰਾ, ਕਿਉਂਕਿ ਇਹ ਇੰਨਾ ਲੰਬਾ ਸਮਾਂ ਕਿਉਂ ਲੱਗਿਆ, ਕਿਉਂਕਿ ਬਹੁਤ ਲੰਬਾ ਸਮਾਂ। ਦੇਖੋ ਜੀ, ਇਹ 22/7/1993 ਨੂੰ ਤੇ ਇਹਨਾਂ ਨੇ ਫੇਕ ਐਨਕਾਊਂਟਰ ਬਣਾ ਦਿੱਤਾ, ਉਸ ਤੋਂ ਬਾਅਦ ਜਦੋਂ ਖਾਲੜਾ ਸਾਹਿਬ ਨੇ 25,000 ਲਾਸ਼ਾਂ ਵਾਲਾ ਇਹ ਜਦੋਂ ਮੁੱਦਾ ਚੁੱਕਿਆ ਤੇ ਖਾਲੜਾ ਸਾਹਿਬ ਨੂੰ ਵੀ ਲਾਪਤਾ ਕਰ ਦਿੱਤਾ ਗਿਆ 97/1995 ਦੇ ਵਿੱਚ, ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਖਾਲੜਾ ਸਾਹਿਬ ਵਾਲੀ ਰਿੱਟ ਪਾਈ ਤੇ ਉਹਦੇ ਚ 497/95 ਦੇ ਵਿੱਚ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ ਜਦੋਂ CBI ਕੋਲ ਗਈ ਤੇ CBI ਨੇ ਕੇਸ ਇਨਵੈਸਟੀਗੇਟ ਕਰਕੇ 1996 ਦੇ ਵਿੱਚ ਜਿਹੜਾ ਗੁਲਸ਼ਨ ਕੁਮਾਰ ਦਾ ਫਾਦਰ ਚਮਨ ਲਾਲ ਸੀ ਉਹਦੇ ਜਿਹੜੇ ਬਿਆਨ ਆ ਕਲਮਬੰਦ ਕੀਤੇ 1996 ਦੇ ਵਿੱਚ CBI ਨੇ 1997 ਦੇ ਵਿੱਚ CBI ਨੇ ਇਹਦੀ FIR ਰਜਿਸਟਰਡ ਕੀਤੀ 5 ਬੰਦਿਆਂ ਦੇ ਖਿਲਾਫ਼, ਜਿਹੜੇ ਪੁਲਿਸ ਮੁਲਾਜ਼ਮੀ ਦਿਲਬਾਗ ਸਿੰਘ, ਗੁਰਬਚਨ ਸਿੰਘ, ਅਰਜਨ ਸਿੰਘ, ਦਲਬੀਰ ਸਿੰਘ ਤੇ ਦਵਿੰਦਰ ਸਿੰਘ ਦੇ ਖਿਲਾਫ, ਜਿਹੜੇ ਜੇ 3 ਆ ਉਹਨਾਂ ਦੀ ਜਿਹੜੀ ਆ ਟ੍ਰਾਇਲ ਦੌਰਾਨ ਡੈਥ ਹੋ ਗਈ। 2000 ਦੇ ਵਿੱਚ ਇਹਦੀ ਜਿਹੜੀ ਆ ਚਾਰਜਸ਼ੀਟ ਫਾਈਲ ਹੁੰਦੀ ਆ ਤੇ 2001 ਤੋਂ ਲੈ ਕੇ ਤੇ 2016 ਤੱਕ ਇਹ ਕੇਸ 16 ਸਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ 16 ਸਾਲ ਕੇਸ ਜਿਹੜਾ ਇਹ ਸਟੇ ਰਹਿੰਦਾ ਵਾ। 16 ਦੇ ਵਿੱਚ ਜਦੋਂ ਇਹਦਾ ਸਟੇ ਵਕੇਟ ਹੁੰਦਾ ਵਾ ਤੇ ਜਿਹੜੀ CBI ਕੋਰਟ ਆ ਪਟਿਆਲੇ ਤੋਂ ਟ੍ਰਾਂਸਫਰ ਹੋ ਕੇ ਮੋਹਾਲੀ ਦੇ ਵਿੱਚ ਆ ਜਾਂਦੀ ਆ, ਇੱਥੇ ਆਣ ਕੇ ਇਹਦੀ ਕਾਰਵਾਈ ਸ਼ੁਰੂ ਹੁੰਦੀ ਆ ਤੇ 25/4/2022 ਨੂੰ ਇਹਦੇ ਵਿੱਚ ਪਹਿਲੀ ਸਟੇਟਮੈਂਟ ਜਿਹੜੀ ਆ ਉਹ ਪਹਿਲੀ ਸਟੇਟਮੈਂਟ ਕੇਸ ਦੇ ਵਿੱਚ ਹੁੰਦੀ ਆ, ਜਿਹੜਾ ਪਹਿਲਾ ਗਵਾਹ ਵਾ ਉਹ 25 ਸਾਲ ਬਾਅਦ ਆਣ ਕੇ ਉਹਦੀ ਸਟੇਟਮੈਂਟ CBI ਕੋਰਟ ਦੇ ਵਿੱਚ ਹੁੰਦੀ ਆ, ਤੇ ਜਿਹੜਾ CBI ਕੋਰਟ ਨੇ 2 ਸਾਲਾਂ ਦੇ ਵਿੱਚ ਇਹਨੂੰ ਪੂਰਾ ਕੀਤਾ ਵਾ, ਪਰ ਜਿਹੜਾ ਲੰਮਾ ਸਮਾਂ ਉੱਚ ਅਦਾਲਤਾਂ ਦੇ ਵਿੱਚ ਤੇ ਜਿਹੜੀਆਂ ਸਾਡੇ ਮੁਲਕ ਦੀਆਂ
ਕਾਨੂੰਨ ਦੀਆਂ ਬਰੀਕ ਕੁੰਡੀਆਂ ਜਿਹੜੀਆਂ ਸਟੇਟ ਦੀ ਰਹਿਨਮਾਈ ਹੇਠ ਜਿਹੜੇ ਕਾਨੂੰਨ ਦੇ ਰਖਵਾਲੇ ਸੀ, ਜਿਨ੍ਹਾਂ ਨੇ ਕਾਨੂੰਨ ਦੀ ਰਖਵਾਲੀ ਕਰਨੀ ਸੀ, ਅਤੇ ਉਹਨਾਂ ਨੇ ਲੋਕਾਂ ਦੇ ਮੁੰਡੇ ਮਾਰ ਕੇ, ਚਲੋ ਸਿੱਖਾਂ ਨੂੰ ਤਾਂ ਮੰਨ ਲਿਆ ਵੀ ਆਪਾਂ ਇਹ ਸਿੱਖਾਂ ਨੂੰ ਮਤਵਾਦੀ ਕਹਿੰਦੇ ਸੀ, ਪਰ ਇਹ ਜਿਹੜਾ ਹਿੰਦੂ ਪਰਿਵਾਰ ਸੀ, ਖੱਤਰੀ ਪਰਿਵਾਰ ਸੀ, ਸਬਜ਼ੀ ਵੇਚਣ ਵਾਲਾ ਪਰਿਵਾਰ ਸੀ, ਗਰੀਬ ਪਰਿਵਾਰ ਸੀ, ਪਹਿਲਾਂ ਤਾਂ ਫਾਈਲਾਂ ਦੇ ਵਿੱਚ ਇਹਨਾਂ ਨੂੰ ਲਟੇਰੇ ਦਰਸਾਇਆ ਗਿਆ। ਉਸ ਤੋਂ ਬਾਅਦ ਜਦੋਂ ਇਹਨਾਂ ਦਾ ਐਨਕਾਊਂਟਰ ਬਣਾ ਦਿੱਤਾ ਗਿਆ ਅਤੇ ਆਪਣੇ ਮੋਢੇ ਦੀਆਂ ਫੀਤੀਆਂ ਵਧਾਉਣ ਵਾਸਤੇ ਅਤੇ ਇਹਨਾਂ ਦਾ ਇਨਾਮ ਲੈਣ ਵਾਸਤੇ ਉਹਨਾਂ ਨੂੰ ਖਾੜਕੂ ਅੱਤਵਾਦੀ ਬਣਾ ਕੇ ਸ਼ੋਅ ਕੀਤਾ ਗਿਆ, ਜਿਹੜੀਆਂ ਇਹਨਾਂ ਦੀਆਂ ਆਪਣੀਆਂ ਹੀ ਫਾਈਲਾਂ ਦੇ ਵਿੱਚ ਕੀਤੀਆਂ ਗਲਤੀਆਂ ਹੀ ਉਹ ਸਾਰੀਆਂ ਕੋਰਟ ਦੇ ਵਿੱਚ ਸਾਬਤ ਹੋਈਆਂ ਨੇ ਅਤੇ ਇਹਨਾਂ ਨੂੰ ਅੱਜ ਸਜ਼ਾ ਹੋਈ। ਬਹੁਤ ਜ਼ਰੂਰੀ ਹੈ ਸਰ, ਜਿੱਦਾਂ ਸਰ ਨੇ ਵੀ ਕਿਹਾ, ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਫੇਕ ਇਨਕਾਊਂਟਰ ਦੇ ਕਈ ਮਾਮਲੇ ਸਾਹਮਣੇ ਆਏ ਨੇ। ਹਾਂਜੀ ਸਰ, ਇਹਦੇ ਵਿੱਚ ਦੇਖੋ ਜੇ ਹੁਣ ਤੁਸੀਂ ਬਰੀਕ ਫੈਕਟ ਦੇ ਇਸ ਕੇਸਿਸ ਦੇ ਮੇਨ ਚੀਜ਼ ਜਿਹੜੀ ਦੇਖਣ ਵਾਲੀ, ਮੇਰੇ ਲੰਡਨ ਕੌਂਸਲ ਨੇ ਇਹਨਾਂ ਨੇ ਦੱਸਿਆ ਕਿ ਜਿਹੜੀ ਫਸਟ ਸਟੇਟਮੈਂਟ ਹੋਈ ਆ ਉਹ 2022 'ਚ ਹੋਈ ਹੈ ਅਤੇ ਓਫੈਂਸ ਕਦੋਂ ਦਾ ਹੈ 1993 ਦੇ ਵਿੱਚ। ਤੁਸੀਂ ਅਪਰੋਕਸੀਮੇਟਲੀ ਦੇਖੋ 29 ਈਅਰਸ ਤੋਂ ਬਾਅਦ ਇੱਕ ਵਿਟਨੈਸ ਕੋਰਟ 'ਚ ਜਾ ਕੇ ਡਿਪੋਜ਼ ਕਰ ਰਿਹਾ ਅਤੇ ਉਹ 29 ਸਾਲ ਦੇ ਵਿੱਚ ਕਿੰਨਾ ਕੁਛ ਐਵੀਡੈਂਸ ਗਵਾਚ ਗਿਆ ਹੋਣਾ ਸੀ ਅਤੇ ਉਹੀ ਨਤੀਜਾ ਜਿਹੜੇ ਟੋਟਲ ਲਿਸਟਡ 31 ਵਿਟਨੈਸਿਸ ਸੀਗੇ ਉਹਨਾਂ ਦੇ ਵਿੱਚੋਂ 15 ਵਿਟਨੈਸਿਸ ਕੋਰਟ ਦੇ ਵਿੱਚ ਅਪੀਅਰ ਹੋ ਕੇ ਐਵੀਡੈਂਸ ਦਿੱਤਾ ਅਤੇ ਖੁਸ਼ਕਿਸਮਤੀ ਇਹ ਆ, ਅਸੀਂ ਅੱਜ ਸੋਚੀਏ ਉਹ ਸਾਰੇ 15 ਦੇ 15 ਵਿਟਨੈਸ ਨੇ ਆ ਕੇ ਇੱਕ ਵੀ ਵਿਟਨੈਸ ਹੋਸਟਾਈਲ ਨਹੀਂ ਹੋਇਆ, ਉਹਨਾਂ ਨੇ ਐਵੀਡੈਂਸ ਨੂੰ ਸਪੋਰਟ ਕੀਤਾ ਅਤੇ ਉਸੇ ਐਵੀਡੈਂਸ ਕਰਕੇ ਅੱਜ ਇਹ ਨਤੀਜਾ ਆਇਆ ਸੀ। ਬਿਲਕੁਲ ਪੱਪੂ ਜੀ, ਹੁਣ ਕਿਉਂਕਿ ਐਡਵੋਕੇਟਸ ਵੱਲੋਂ ਜਾਣਕਾਰੀ ਦਿੱਤੀ ਗਈ, ਪੂਰਾ ਬਰੀਫ ਦਿੱਤਾ ਗਿਆ, ਹੁਣ ਕਿਤੇ ਨਾ ਕਿਤੇ ਤੁਸੀਂ ਸੈਟਿਸਫਾਈ ਹੋ? ਨਹੀਂ ਜੀ, ਸਜ਼ਾ ਬਹੁਤ ਮਤਲਬ ਕਿ ਥੋੜ੍ਹੀ ਉਹਨਾਂ ਨੂੰ ਘੱਟ ਮਿਲੀ, ਬਹੁਤ ਥੋੜ੍ਹੀ ਘੱਟ ਮਿਲੀ ਹੈ ਜਿਸ ਤਰ੍ਹਾਂ ਇਹ ਸਜ਼ਾ ਚਾਹੁੰਦੇ ਨਾ, ਵੀ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਸੀ ਦੋਨਾਂ ਨੂੰ, 3 ਤੇ ਮਰ ਗਏ, ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ, ਇਹਨਾਂ ਫਾਂਸੀ ਉਦੋਂ ਹੋਣੀ ਚਾਹੀਦੀ ਜਦੋਂ 2-2 ਸਾਲ ਜੇਲ੍ਹਾਂ 'ਚ ਰਹਿ ਕੇ ਨਾ ਜ਼ਮਾਨਤ ਕਰਾਈ, ਇਹਨਾਂ ਨੂੰ ਉਦੋਂ ਫਾਂਸੀ ਹੋਣੀ ਚਾਹੀਦੀ। ਇਹ ਬਹੁਤ ਚੀਜ਼ ਹੈ ਜਿੱਦਾਂ ਇਹਨਾਂ ਦੇ ਬ੍ਰਦਰ ਵੱਲੋਂ ਦੱਸਿਆ ਗਿਆ ਗੁਲਸ਼ਨ ਕੁਮਾਰ ਦਾ ਕਿਸ ਤਰ੍ਹਾਂ ਫੇਕ ਇਨਕਾਊਂਟਰ ਕੀਤਾ ਗਿਆ, ਭਾਜੀ ਹੋਰ ਕਿਸ ਤਰ੍ਹਾਂ? ਸਰ ਮੈਂ ਇਹਦੇ 'ਚ ਹੋਰ ਦੱਸਣਾ ਚਾਹੁੰਦਾ, ਇੱਕ ਇਹਨਾਂ ਦੇ ਬ੍ਰਦਰ ਸੀ ਪ੍ਰਵੀਨ ਕੁਮਾਰ ਜੀ, ਜਿਨ੍ਹਾਂ ਨੂੰ ਆਲਰੇਡੀ 22/6/1993 'ਚ ਕਸਟਡੀ 'ਚ ਲਿੱਤਾ ਸੀਗਾ ਅਤੇ ਉਹਨਾਂ ਨੇ ਵੀ ਬਹੁਤ ਪੈਰਵੀ ਕੀਤੀ ਆਉਂਦੇ ਹੋਏ ਅਤੇ ਉਹਨਾਂ ਦੀ ਸਟੇਟਮੈਂਟ ਵੀ ਹੋਈ ਇੱਥੇ, ਅਤੇ ਤੁਸੀਂ ਦੇਖੋ ਪਰਮਾਤਮਾ ਦਾ ਕੀ ਭੈਣਾ, ਉਹ ਵੀ ਦੁਨੀਆਂ 'ਚ ਨਹੀਂ ਰਹੇ। ਹਾਂ, ਇਸੇ ਕੇਸ ਦੀ ਜੰਗ ਲੜਦੇ ਉਹਨਾਂ ਦੇ ਫਾਦਰ ਸਾਹਿਬ ਚਲੇ ਗਏ ਜੀ, ਪ੍ਰਵੀਨ ਕੁਮਾਰ ਚਲੇ ਗਏ ਅਤੇ ਗੁਲਸ਼ਨ ਕੁਮਾਰ ਦਾ ਇਨਕਾਊਂਟਰ।